ਹੁਣ ਵਿਸ਼ਵਾਸ ਕੀ ਹੈ? ਵਿਸ਼ਵਾਸ ਸਿਰਫ ਇੰਨਾ ਹੀ ਹੈ ਕਿ ਉਹ ਮੇਰੀ ਸਾਈਡ 'ਤੇ ਹੈ। ਹੁਣ ਤੁਸੀਂ ਦੇਖੋ ਤੁਸੀਂ ਕਿੰਨੇ ਆਪਣੇ ਆਪ ਨੂੰ ਸੌਖਾ ਕਰ ਲੈਂਦੇ ਹੋ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ, ਇਹ ਵੀ ਇੱਕ ਮੰਤਰ ਹੈ ਕਿ ਪਰਮਾਤਮਾ ਮੇਰੇ ਵੱਲ ਹੀ ਹੈ, ਤੂੰ ਆਰਾਮ ਨਾਲ ਬੈਠ, ਕੋਈ ਗੱਲ ਨਹੀਂ, ਬਾਬਾ ਜੀ ਮੇਰੇ ਵੱਲ ਹੀ ਹੈ, ਜੋ ਕਰਨਗੇ ਚੰਗਾ ਕਰਨਗੇ। ਹੁਣ ਇਹ ਮੰਨਣਾ ਬੜਾ ਔਖਾ ਹੈ ਕਿਉਂਕਿ ਹਰ ਜਗ੍ਹਾ 'ਤੇ ਸਾਨੂੰ ਲੱਗਦਾ ਹੈ ਕਿ ਬਈ ਨਹੀਂ ਹੈ, ਮੈਂ ਸੋਚਣਾ ਤਾਂ ਨਹੀਂ ਬੰਦ ਕਰ ਸਕਦਾ। ਹੁਣ ਸੋਚ ਕਰ ਲਓ, ਸੋਚ ਕਰ ਲਓ, ਜਿੰਨਾ ਮਰਜ਼ੀ ਰਿਮੀਨੇਸ਼ਨ ਹੈ, ਵਰੀ ਹੈ, ਜਿੰਨਾ ਮਰਜ਼ੀ ਕਰ ਲਓ, ਉਹਦੇ ਨਾਲ ਚੇਂਜ ਕੁਛ ਨਹੀਂ ਹੋਣਾ, ਕੁਛ ਚੇਂਜ ਨਹੀਂ ਹੁੰਦਾ। ਆਪਾਂ ਦਿਨ ਰਾਤ ਸੋਚਦੇ ਰਹਿੰਦੇ ਹਾਂ ਪਰ ਉਹਦੇ ਨਾਲ ਹੁੰਦਾ ਕੁਛ ਨਹੀਂ। ਬਸ ਇਹੀ ਹੈ ਕਿ ਸਾਡਾ ਵਿਸ਼ਵਾਸ ਉੱਪਰੋਂ ਉੱਪਰ ਹੁੰਦਾ ਪਰਮਾਤਮਾ ਵੱਲ, ਪਰ ਅਸੀਂ ਵਿੱਚੋਂ ਸੋਚਦੇ ਹਾਂ ਕਿ ਸਾਡੀ ਮੰਨੀ ਜਾਏ, ਸਾਡੀ ਨਹੀਂ ਮੰਨੀ ਜਾਂਦੀ। ਜੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਗੋਡ ਇਜ਼ ਔਨ ਮਾਈ ਸਾਈਡ, ਇਹ ਦੂਜਾ ਮੰਤਰ ਹੈਗਾ। ਤੀਜਾ ਫਿਰ ਮੰਤਰ, ਜੇ ਆਪਾਂ ਇਹ ਮੰਨ ਲਿਆ ਵੀ ਪਰਮਾਤਮਾ ਮੇਰੇ ਸਾਈਡ 'ਤੇ ਹੈ, ਫਿਰ ਮੈਂ ਕਹਿਣਾ ਕਿ ਮੈਂ ਆਪਣੀ ਮਰਜ਼ੀ ਨਹੀਂ ਚਲਾਉਣੀ, ਇਹਦੀ ਮਰਜ਼ੀ ਚਲਾਉਣੀ, ਆਪਣੀ ਮਰਜ਼ੀ ਉਹਨੂੰ ਦੇ ਦਈਏ, ਫਿਰ ਸੌਖੇ ਹੋ ਜਾਵਾਂਗੇ। ਮਤਲਬ ਅਸੀਂ ਸੌਖੇ ਤਾਂ ਹੋ ਸਕਦੇ ਹਾਂ, ਮੰਤਰ ਹੈਗੇ ਨਾ ਇਹ। ਹੁਣ ਇਹਨੂੰ ਤੁਸੀਂ ਡਿਨਾਈ ਕੌਣ ਕਰ ਸਕਦਾ ਕਿ ਮੇਰੀ ਮਰਜ਼ੀ ਨਹੀਂ ਚੱਲਣੀ? ਅੱਛਾ, ਮੇਰੀ ਮਰਜ਼ੀ ਬਿਮਾਰ ਹੈ, ਚਲੋ ਆਪਣੇ ਆਪ ਨੂੰ ਕਹਿ ਲਿਆ ਮੇਰੀ ਮਰਜ਼ੀ ਬਿਮਾਰ ਹੈ, ਜਿਹੜੀ ਉਹਦੀ ਮਰਜ਼ੀ ਚੱਲੇਗੀ ਉਹ ਠੀਕ ਹੋਏਗੀ, ਮੇਰੇ ਤੋਂ ਜ਼ਿਆਦਾ ਚੰਗੀ ਹੋਏਗੀ ਬਾਬਾ ਜੀ ਦੀ ਮਰਜ਼ੀ। ਮੈਨੂੰ ਅੱਜ ਭਾਵੇਂ ਲੱਗੇ ਕਿ ਘਾਟੇ ਦਾ ਸੌਦਾ, ਪਰ ਹੈਗੀ ਉਹਦੀ ਮਰਜ਼ੀ ਇੰਪੋਰਟੈਂਟ ਹੈ। ਕੱਲ੍ਹ ਨੂੰ ਉਹਨੇ ਕੋਈ ਨਾ ਕੋਈ ਇਹੋ ਜਿਹਾ ਸੋਚਿਆ ਹੋਏਗਾ ਜਿਹੜੀ ਉਹਦੀ ਮਰਜ਼ੀ ਮੇਰੀ ਮਰਜ਼ੀ ਨਾਲੋਂ ਚੰਗੀ ਹੈ। ਮੇਰੀ ਮਰਜ਼ੀ ਤਾਂ ਹੈ ਹੀ ਬਿਮਾਰ, ਕਿਉਂਕਿ ਮੇਰੀ ਮਰਜ਼ੀ ਤਾਂ ਉੱਥੋਂ ਪੈਦਾ ਹੋਣ ਡਈ ਹੈ ਜਿਹੜੇ ਦਿਮਾਗ ਬਿਮਾਰ 'ਚੋਂ ਪੈਦਾ ਹੋਣ ਡਈ ਹੈ, ਐਂਡ ਦਿਮਾਗ ਜਿਹੜਾ ਬਿਮਾਰ ਹੈ ਇਹ ਮੇਰੇ ਕਬਜ਼ੇ 'ਚ ਤਾਂ ਹੈ ਹੀ ਨਹੀਂ ਹੈ, ਇਹ ਤਾਂ ਬਿਮਾਰੀ ਦੇ ਕਬਜ਼ੇ 'ਚ ਹੈ। ਇਹਦਾ ਮਤਲਬ ਜਿਹੜੀ ਮਰਜ਼ੀ ਮੇਰੇ ਦਿਮਾਗ ਦੇ ਥਰੂ ਮੇਰੇ ਕੋਲ ਆਉਂਦੀ ਪਈ ਹੈ, ਇੱਕ ਬਿਮਾਰ ਮਰਜ਼ੀ ਹੈ। ਹੁਣ ਤੁਸੀਂ ਦੇਖ ਲਓ ਕਿ ਬਿਮਾਰ ਮਰਜ਼ੀ ਨਾਲ ਜੀਣਾ ਜਾਂ ਪਰਮਾਤਮਾ ਦੀ ਮਰਜ਼ੀ ਨਾਲ ਜੀਣਾ, ਫਿਰ ਆਪਣੀ ਮਰਜ਼ੀ ਉਹਦੇ ਹੱਥ ਕਰਦੀ ਹੈ, ਉਹਦੇ ਹਵਾਲੇ ਕਰਦੀ। ਹੁਣ ਤੁਸੀਂ ਦੱਸੋ ਕਿ ਇਹ ਤਿੰਨ ਮੰਤਰ ਜੇ ਆਪਾਂ ਪੜ੍ਹਦੇ ਹਾਂ ਤਾਂ ਤੁਹਾਡੀਆਂ ਮੁਸ਼ਕਲਾਂ ਕਿੰਨੀਆਂ ਕੁ ਸੌਖੀਆਂ ਹੋ ਸਕਦੀਆਂ, ਆਪਣੀ ਜ਼ਿੰਦਗੀ ਕਿੰਨੀ ਸੌਖੀ ਹੋ ਸਕਦੀ ਹੈ। ਇਹ ਤਾਂ ਨਹੀਂ ਵੀ ਨਹੀਂ ਪਤਾ, ਸਾਨੂੰ ਪਤਾ ਹੈਗਾ ਸਾਨੂੰ, ਪਰ ਅਸੀਂ ਡਿਨਾਇਲ ਕਰਕੇ ਇਹ ਤਿੰਨ ਚੀਜ਼ਾਂ ਨੂੰ ਨਹੀਂ ਮੰਨਦੇ।